ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਸੁਗਰੀਵ ਕੁਮਾਰ ਦਾ ਮੋਟਰਸਾਈਕਲ ਚੋਰੀ ਹੋਇਆ ਤੇ ਸ਼ਿਕਾਇਤ ਦੇ ਬਾਵਜੂਦ ਪੁਲਿਸ ਨਹੀਂ ਸਾਹਮਣੇ ਆਈ ਤੇ ਨੇਤਾ ਗਰਮ ਹੋ ਗਿਆ। ਆਮ ਆਦਮੀ ਪਾਰਟੀ ਦੇ ਨੇਤਾ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਉਸਦਾ ਬੱਚਾ ਟਿਊਸ਼ਨ ਪੜ੍ਹਨ ਲਈ ਸੈਂਟਰ ਆਇਆ ਸੀ ਤੇ ਜਦੋਂ ਉਹ ਟਿਊਸ਼ਨ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਪਾਰਕਿੰਗ ਵਿੱਚ ਉਸਦਾ ਮੋਟਰਸਾਈਕਲ ਨਹੀਂ ਹੈ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ। ਉਹਨਾਂ ਕਿਹਾ ਕਿ ਸ਼ਿਕਾਇਤ ਦੇ 2 ਘੰਟੇ ਬਾਅਦ ਵੀ ਜਦੋਂ ਪੁਲਿਸ ਨਹੀਂ ਆਈ ਤੇ ਨੇਤਾ ਗਰਮ ਹੋ ਗਿਆ ਤੇ ਕਿਹਾ ਕਿ ਜੇ ਸਾਡੀ ਸੁਣਵਾਈ ਨਹੀਂ ਹੈ ਤੇ ਆਮ ਲੋਕਾਂ ਦੀ ਕਿੱਥੋਂ ਹੋਵੇਗੀ। ਸੁਖਬੀਰ ਸਿੰਘ, ਸਾਡਾ ਮੁੰਡਾ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਇੱਥੇ ਮਤਲਬ ਪੀਟੀ ਕਰਦਾ ਸੀਗਾ ਤੇ ਇੱਥੇ ਲਾ ਕੇ ਚਲ ਗਿਆ ਤੇ 9:30 ਵਜੇ ਆਇਆ ਸੀਗਾ ਜੋ 4:30 ਵਜੇ ਤੋਂ ਆਇਆ ਉਤਰ ਤੇ ਤਾਂ ਦੇਖਿਆ ਮੋਟਰਸਾਈਕਲ ਗਾਇਬ ਆ ਤਾਂ ਜਦੋਂ ਉਹਨੇ ਮੋਟਰਸਾਈਕਲ ਨਹੀਂ ਦੇਖਿਆ ਤੇ ਬੇਟੇ ਨੇ ਮੈਨੂੰ ਫੋਨ ਕੀਤਾ ਪਾਪਾ ਜੀ ਕਿੱਥੇ ਹੋ, ਮੈਂ ਕਿਹਾ ਮੈਂ ਕਿੱਥੇ ਲੱਗਿਆ ਤਾ, ਕਹਿੰਦੇ ਮੇਰਾ ਮੋਟਰਸਾਈਕਲ ਗਵਾਚ ਗਿਆ। ਇਹਦੇ ਬਾਅਦ ਮੈਂ ਥਾਣੇ ਗਿਆ, ਆਪਾਂ ਇਹ ਮਤਲਬ ਐਪਲੀਕੇਸ਼ਨ ਵੀ ਦਿੱਤਾ ਸੀਗਾ, ਉਹਦੇ ਵਿੱਚ ਉੱਥੇ ਐਪਲੀਕੇਸ਼ਨ ਦੇ ਕੇ ਆਇਆ, ਮੈਂ ਸਰ ਸਾਹਿਬ ਨੂੰ ਫੋਨ ਕੀਤਾ ਸੀਗਾ ਤੇ ਕਹਿੰਦੇ ਮੈਂ ਬੰਦਾ ਭੇਜਣ, 1 ਘੰਟਾ ਹੋ ਗਿਆ ਬੰਦਾ ਕੋਈ ਨਹੀਂ ਆਇਆ ਸੀਗਾ। ਜਦੋਂ ਮੈਂ ਪੰਜਾਬ ਦਾ ਜੁਆਇੰਟ ਸੈਕਟਰੀ ਟ੍ਰੇਡ ਵੀ ਹੁੰਦਾ ਵਾਂ, ਜਦੋਂ ਮੇਰੀ ਸੁਣਵਾਈ ਨੇ ਬਾਕੀ ਦੀ ਕੀ ਸੁਣਵਾਈ ਕਰਨਗੇ ਇਹਨਾਂ ਨੇ, ਇਹ ਕਰਕੇ ਚੋਰਾਂ ਦਾ ਹੌਸਲਾ ਬੁਲੰਦ ਵਾ, ਇਹਨਾਂ ਨੇ ਕਾਰਵਾਈ ਨਾ ਕਰਕੇ ਹੋਏ 1-1.5 ਘੰਟਾ ਹੋ ਗਿਆ ਉਹਨਾਂ ਦੇ ਹਾਲੇ ਤੱਕ ਆਏ ਨਹੀਂ। ਜਦੋਂ ਮੈਂ ਫੋਨ ਕੀਤਾ ਕਦੇ ਤੁਹਾਡੇ ਕੋਲ ਹੀ ਨਗੇ, ਜੇ ਤੁਹਾਡੇ ਕੋਲ ਹੀ ਨਗੇ ਨੇ ਤਾਂ ਕਿੱਦਾਂ ਕਰਦੇ ਸਾਡੇ ਕੋਲ ਨਗੇ, ਇਹਦੇ ਕਰਕੇ ਸਾਡਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ। ਸਪਲੈਂਡਰ ਮੋਟਰਸਾਈਕਲ ਉਹਦਾ ਨੰਬਰ ਵਾ, ਉਹਦਾ ਨੰਬਰ PB06AZ3959, ਇਹ 22 ਮਾਡਲ ਵਾ, ਨਵਾਂ ਮੋਟਰਸਾਈਕਲ ਵਾ। ਦੇਖੋ ਜੀ, ਜਦੋਂ ਅਸੀਂ ਥਾਣੇ ਚਲ ਜਾਈਦਾ ਤੇ ਉਹਨਾਂ ਦੇ ਸਵਾਲ ਜਵਾਬ ਜ਼ਿਆਦਾ ਕਰਦੇ ਨੇ ਤੇ ਲੱਭਣ ਕੇ ਬਾਅਦ ਸਵਾਲ ਜਵਾਬ ਮੈਂ ਉਲਝਾ ਦਿੱਤੇ ਬੰਦੇ ਨੂੰ, ਉਹਨਾਂ ਨੂੰ ਅਸੀਂ ਫੋਨ ਕਰਕੇ ਬੁਲਾਇਆ ਤਾਂ ਕਹਿੰਦੇ ਤੁਹਾਡੇ ਨੂੰ ਲੱਗੋ ਨਗੇ ਤੇ ਵੀ ਇੱਥੋਂ ਆਏ ਨਹੀਂ ਕੋਈ, ਜਦੋਂ ਅਸੀਂ ਫੋਨ ਕਰੀਦਾ ਫਿਰ ਵੀ ਨਹੀਂ ਆਏ, ਹਾਲੇ ਤੱਕ ਉਹਨਾਂ ਨੇ ਆਏ, ਜਦੋਂ ਫੋਨ ਕਰ 3-4 ਫੋਨ ਕਰ ਚੁੱਕੇ ਬਾਜੀ, ਉਹਨਾਂ ਨੇ ਕੋਈ ਨਹੀਂ ਸੁਣਿਆ। ਹਾਂਜੀ ਹਾਂਜੀ, ਦੇਖੋ ਜੀ, ਮੈਂ ਆਮ ਆਦਮੀ ਪਾਰਟੀ ਦਾ ਜੁਆਇੰਟ ਸੈਕਟਰੀ ਸਟੇਟ ਵਿੰਗ ਪੰਜਾਬ ਦਾ ਵਾਂ, ਜਦੋਂ ਮੇਰੀ ਸੁਣਵਾਈ ਨਹੀਂ ਬਾਕੀਆਂ ਦੀ ਕੀ ਸੁਣਵਾਈ ਕਰਨਗੇ ਇਹਨਾਂ ਨੇ। ਇਹ ਮੰਗ ਇਹ ਕਹੀਦਾ ਮਤਲਬ ਕਿ ਸਾਡੇ ਜਿੰਨੇ ਚੋਰੀਆਂ ਹੋਣ ਰਿਹਾ, ਜਿਹੜਾ ਮੋਟਰਸਾਈਕਲ ਚੋਰੀ ਹੋਣ ਰਿਹਾ, ਮੈਂ ਜਦੋਂ ਮੈਂ ਸਿਟੀ ਥਾਣੇ ਪਹੁੰਚਿਆ ਸੀਗਾ ਉਦੋਂ ਦੋ ਬੰਦੇ ਹੋਰ ਆਏ ਸੀਗੇ, ਉਹਨਾਂ ਦੀ ਮੋਟਰਸਾਈਕਲ ਚੋਰੀ ਹੋਇਆ ਸੀ ਅੱਜ ਹੀ, ਤੇ ਮੇਰੀ ਮੰਗ ਹੈ ਜਿਹੜੇ ਮੋਟਰਸਾਈਕਲ ਚੋਰਾਂ ਦੇ ਉੱਤੇ ਮਤਲਬ ਇੱਕ ਸਿਕੰਜਾ ਪਾਇਆ ਜਾਏ, ਜਿਹੜਾ ਚੋਰੀ ਬੰਦ ਹੋ ਜਾਏ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।